ਸੋਗ ਸਾਰੀ ਦੁਨੀਆਂ ਦੇ 42 ਵੀਰ ਮੇਰੇ ਮਰੇ 44 ਵੀਰ ਮੇਰੇ ਮਰੇ ਮੇਰੇ ਮਰੇ ਨਾ ਇੱਕੋ ਮਿੱਟੀ ਮੈਨੂੰ ਗੱਲ ਕਰਨ ਦੋ ਇੱਕੋ ਮਿੱਟੀ ਰੱਬ ਨੇ ਲਈ ਇੱਕੋ ਮਿੱਟੀ ਦਾ ਪੁਤਲਾ ਬਣਾਉਂਦਾ ਉਹਨੇ ਬਤਾ ਉਹਨੇ ਇੱਕੋ ਮਿੱਟੀ ਚ 42 ਪੁਤਲੇ ਬਣਾਏ 42 44 ਵੀਰ ਮੇਰੇ 44 ਵੀਰ ਚੱਲ ਗਏ ਹੱਕ ਮੰਗ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਸੀ ਇਸ ਦੁਨੀਆਂ ਦਾ ਸਭ ਤੋਂ ਵੱਡਾ ਬੋਝ ਕੀ ਹੈ ਅਤੇ ਉਹਨਾਂ ਨੇ ਕਿਹਾ ਸੀਗਾ ਕਿ ਬਾਪ ਦੇ ਕਨੇੜਿਆਂ ਦੇ ਉੱਤੇ ਬੇਟੇ ਦਾ ਜਨਾਜ਼ਾ ਇਸ ਬੋਝ ਨੂੰ ਸਾਰਾ ਹਿੰਦੁਸਤਾਨ ਮੁੰਡਾ ਤਾਂ ਸਕਦਾ ਹੈ ਲੇਕਿਨ ਇਹਦੀ ਭਰਪਾਈ ਨਹੀਂ ਕਰ ਸਕਦਾ ਸ਼ਹਾਦਤ ਦੇ ਕੇ ਇਹਨਾਂ ਦਾ ਮਾਣ ਲੱਖਾਂ ਗੁਣਾ ਉੱਚਾ ਕਰ ਦਿੱਤਾ ਹੈ ਬਜ਼ੁਰਗਾਂ ਨੇ ਸੀ ਐੱਮ ਸਾਹਿਬ ਵਾਸਤੇ ਕੋਈ ਸੁਨੇਹਾ ਭੇਜਿਆ ਵੀ ਇੱਥੇ ਜਿਹੜੀ ਇਹ ਸੜਕ ਹੈ ਬਾਹਰ ਉਹਦੇ ਨਾਂ ਦੇ ਉੱਤੇ ਹੋਵੇ ਸੀ ਐੱਮ ਸਾਹਿਬ ਨੂੰ ਗਰਵ ਹੋਊਗਾ ਇਹ ਪੂਰੀ ਕਰਨ ਸੀ ਐੱਮ ਸਾਹਿਬ ਤੱਕ ਉਹ ਗੱਲ ਪਹੁੰਚਾਵਾਂਗੇ ਕੁਛ ਹੋਰ ਗੱਲਾਂ ਨੇ ਜਿਹੜੀਆਂ ਅੰਦਰ ਦੀਆਂ ਨੇ ਉਹਨਾਂ ਦੇ ਆਪਦੀਆਂ ਪ੍ਰਾਈਵੇਟ ਗੱਲਾਂ ਨੇ ਉਹ ਸਾਂਝੀਆਂ ਕਰਨਾ ਚਾਹੁੰਦੇ ਸੀ ਮੈਂ ਉਹਨਾਂ ਨੂੰ ਟੈਲੀਫੋਨ ਨੰਬਰ ਬਣਾ ਦਿੱਤਾ ਔਰ ਜਦੋਂ ਬੁਲਾਉਣਗੇ ਜਦੋਂ ਹਾਂ ਕਹਾਂਗੇ ਸਾਡੇ ਫਰਜ਼ ਨੇ ਕਿ ਅਸੀਂ ਇਹਨਾਂ ਅਮਰ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਰੱਖੀਏ ਇਹਨਾਂ ਕੁਰਬਾਨੀਆਂ ਯਾਦ ਰੱਖੀਏ ਔਰ ਇਹਨਾਂ ਪਰਿਵਾਰਾਂ ਨੂੰ ਇਹਨਾਂ ਦੇ ਬਣਦੇ ਸਨਮਾਨ ਨਾਲੋਂ 10 ਗੁਣਾ ਵੱਧ ਦੇਈਏ